ਬੱਚੇ ਜਿੱਦ ਕਰਦੇ ਆਂ ਅਸੀਂ ਬਾਹਰ ਜਾਣਾ ਐ ਪਰ ਮਾਪੇ ਲਈ ਬੜਾ ਟੈਨਸ਼ਨ ਵਾਲਾ ਕੰਮ ਹੋ ਜਾਂਦਾ ਹੈ। ਸਭ ਕੁਝ ਜਿਹੜੇ ਨੌਜਵਾਨ ਸੀਗੇ ਪੰਜਾਬੀ ਉਹਨਾਂ ਦੀ ਵਾਂਟਡ ਦੀਆਂ ਜਿਹੜੀਆਂ ਪੋਸਟਾਂ ਆਪਾਂ ਸਾਰਿਆਂ ਨੇ ਦੇਖੀਆਂ ਐ ਸੋਸ਼ਲ ਮੀਡੀਆ ਤੇ ਕੁੰਦੀ ਹੋਈ। ਸ਼ਾਇਦ ਉਸੇ ਦਾ ਜਿਹੜਾ ਅਸਰ ਹੈਗਾ ਉਹ ਦੇਖਣ ਨੂੰ ਮਿਲਿਆ ਹੈਗਾ। ਕਾਰਨ ਹੈਗਾ ਕਿ ਇੱਥੋਂ ਜਿਹੜਾ ਬੱਚਾ ਕੈਨੇਡਾ ਦੇ ਵਿੱਚ ਜਾ ਰਿਹਾ ਸੀਗਾ ਕੈਨੇਡਾ ਦੇ ਵਿੱਚ ਕੁਝ ਐਸੇ ਕਾਲਜਸ ਖੁੱਲੇ ਹੋਏ ਨੇ ਜਿਹੜੇ ਕਾਲਜਸ ਇੱਕ ਇੱਕ ਦੋ ਦੋ ਕਮਰਿਆਂ ਦੇ ਵਿੱਚ ਬਣੇ ਹੁੰਦੇ ਨੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਹੀ ਮਤਲਬ ਲਗਾ ਲਓ ਕਿ ਉਹ ਕਾਲਜ ਹੁੰਦੇ ਹੁਣ ਜਦੋਂ ਬੱਚਾ ਕੰਮ ਨਹੀਂ ਕਰੇਗਾ ਹੈਨਾ ਕਦ ਕੈਨੇਡਾ ਨੂੰ ਪਤਾ ਲੱਗਦਾ ਫਿਰ ਉਹ ਬੱਚਾ ਲਾਈਨਾਂ ਦੇ ਵਿੱਚ ਖੜਾ ਹੁੰਦਾ ਕਿ ਮੈਨੂੰ ਨੌਕਰੀ ਨਹੀਂ ਮਿਲੀ ਮੈਨੂੰ ਨੌਕਰੀ ਨਹੀਂ ਮਿਲੀ ਹੈਨਾ ਆਪਾਂ ਇਹ ਵੀ ਕਹਿ ਸਕਦੇ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਕੈਨੇਡਾ ਚ ਦੋ ਦੋ ਕਮਰੇ ਦੇ ਕੋਲੇਜ ਬਣਾਏ ਹੋਏ ਆ ਇਹ ਵੀ ਜੁਗਾੜ ਪੰਜਾਬੀਆਂ ਨੇ ਜੁਗਾੜ ਲਾਇਆ ਕਿ ਵੀ ਇਸ ਜੁਗਾੜ ਦੇ ਨਾਲ ਅਸੀਂ ਕੈਨੇਡਾ ਜਾਈਏ ਤੁਹਾਨੂੰ ਲੱਗਦਾ ਇਹ ਜੁਗਾੜ ਵੀ ਫੇਲ ਹੋਣਾ ਆ ਪਰ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਫੋਟੋਆਂ ਦੇਖ ਰਹੇ ਸੀਗੇ ਕਿ ਕੈਨੇਡਾ ਨੇ ਕੁਝ ਪੰਜਾਬੀ ਨੌਜਵਾਨਾਂ ਨੂੰ ਵਾਂਟਡ ਕੀਤਾ ਤੁਹਾਨੂੰ ਲੱਗਦਾ ਕਿ ਜਿਹੜੇ ਸਹੀ ਚ ਜਾਣਾ ਚਾਹੁੰਦੇ ਆ ਤੇ ਜਿਨ੍ਹਾਂ ਨੂੰ ਜ਼ਰੂਰਤ ਆ ਉੱਥੇ ਜਾਣ ਦੀ ਉਹਨਾਂ ਲਈ ਵੀ ਬੜਾ ਔਖਾ ਹੋ ਜਾਏਗਾ ਉਹ ਕੈਨੇਡਾ ਜਾ ਬਿਲਕੁਲ ਹੋਏਗਾ ਜੀ ਤੇ ਡੀਸੀ ਦਫਤਰ ਆਪਣੇ ਡੀਸੀ ਪਟਿਆਲਾ ਵੱਲੋਂ ਵੀ ਸਖਤ ਆਦੇਸ਼ ਦਿੱਤੇ ਸੀਗੇ ਕਿ ਸਾਰਿਆਂ ਦੀ ਚੈਕਿੰਗ ਕਰੋ ਪਿੱਛੇ ਚੈਕਿੰਗ ਕੀਤੀ ਵੀ ਐਸਜੀਐਮ ਸਾਹਿਬ ਤੇ ਡੀਐਸਪੀ ਸਾਹਿਬ ਵੱਲੋਂ ਲੇਕਿਨ ਕੁਝ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਪਰ ਸਾਡੇ ਕੋਲ ਕੁਝ ਇਹ ਜੇ ਦਸਤਾਵੇਜ਼ ਹੱਥ ਲੱਗੇ ਆਏ ਕੁਝ ਇਮੀਗ੍ਰੇਸ਼ਨ ਸੈਂਟਰਾਂ ਦੇ ਜਿਨ੍ਹਾਂ ਕੋ ਲਾਇਸੈਂਸ ਹੀ ਨਹੀਂ ਹੈਗੇ ਤੇ ਉਹ ਕਈ ਸਾਲਾਂ ਤੋਂ ਜਿਹੜੇ ਆਇਲਟਸ ਵੀ ਟੀ ਕਰਾ ਰਹੇ ਆ ਕਿ ਆ ਤੁਹਾਡੇ ਕੋਲ ਵੀ ਚੈਕਿੰਗ ਕਰਨ ਦੇ ਲਈ ਕੋਈ ਆਇਆ ਸੀ ਕਿਆ ਕਿਆ ਚੈੱਕ ਕੀਤਾ ਉਹਨਾਂ ਨੇ ਲਾਇਸੈਂਸ ਤੋੜੀ ਕੋਲ ਕਿਹੜੇ ਕਿਹੜੇ ਲੋਕ ਕਿਉਂਕਿ ਡੀਸੀ ਦਫ਼ਤਰ ਵੱਲੋਂ ਅਸੀਂ ਇੱਕ ਲਿਸਟ ਲਈਤੀ ਸੀਗੀ ਜਿਸ 'ਚ ਅਸੀਂ ਆਪ ਦੇਖ ਕੇ ਬੜੇ ਹੈਰਾਨ ਰਹਿ ਗਏ ਕਿ ਵੀ ਜਿਹੜੇ ਨਾਮੀ ਨਾਮੀ ਇਮੀਗ੍ਰੇਸ਼ਨ ਸੈਂਟਰ ਹੈ ਉਹਨਾਂ ਕੋਲ ਲੈਲ ਸਪੀਟੀ ਕਰਾਉਣ ਦਾ ਲਾਇਸੈਂਸ ਹੀ ਨਹੀਂ ਹੈ ਤੇ ਉਹ ਖੁੱਲ ਕੇ ਲੈਲ ਸਪੀਟੀ ਕਰਾ ਰਹੇ ਹੈ ਜਿਹਦੇ ਸੰਬੰਧ ਵਿੱਚ ਅਸੀਂ ਡੀਸੀ ਦਫ਼ਤਰ ਨੂੰ ਸ਼ਿਕਾਇਤ ਵੀ ਪਾਈ ਸੀਗੀ ਲੋਕ ਕੀ ਆਂਦੇ ਹੋਣੇ ਤੁਹਾਡੇ ਕੋਲ ਤੁਹਾਡਾ ਤਾਂ ਬਹੁਤ ਤਗੜਾ ਜਿਹੜਾ ਚੌਧਰੀ ਆਪਣਾ ਕੰਪਿਊਟਰ ਦਾ ਜਿਹੜਾ ਮੇਨ ਐਸ਼ ਕਰਦਾ ਵੀ ਤੁਸੀਂ ਬਹੁਤ ਟਾਈਪ ਕਰਦੇ ਹੋ ਸ਼ਿਕਾਇਤਾਂ ਤਾਂ ਆਂਦੀ ਰਹਿੰਦੀ ਹੋਣੀ ਬਹੁਤ ਆਂਦੀ ਸੁਣਿਆ ਵੀ ਨਹੀਂ ਹੁੰਦਾ ਬੰਦਾ ਜਾਣ ਨਹੀਂ ਪਛਾਣ ਨਹੀਂ ਉਸ ਬਾਰੇ ਕੁਝ ਪਤਾ ਵੀ ਨਹੀਂ ਕਿੰਨਾ ਹੁੰਦਾ ਨਵੇਂ-ਨਵੇਂ ਹੈਨਾ ਪਤਾ ਲੱਗਦਾ ਹੈ ਕਿ ਮਹੀਨੇ 2 ਮਹੀਨੇ 'ਚ ਬੰਦੇ ਨੇ ਕਰੋੜ 2 ਕਰੋੜ ਜੇਬ 'ਚ ਪਾਇਆ ਔਰ ਗਾਇਬ ਹੋ ਗਏ ਜਨਤਾਬੀਤਾ ਕਸੂਰਵਾਰ ਹੈ ਨਾ ਜਨਤਾ ਨੂੰ ਤਾਂ ਇਹ ਤਾਂ ਦੇਖਣਾ ਚਾਹੀਦਾ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ। ਇਹ ਜੇ ਇਮੀਗ੍ਰੇਸ਼ਨ ਸੈਕਟਰ ਵੀ ਦੇਖ ਲੈ ਜਿਨ੍ਹਾਂ ਨੇ ਬੌਂਸਰ ਵੀ ਰੱਖ ਲਿਆ ਰਾਜਪੁਰੇ ਦੀ ਗੱਲ ਕਰ ਰਿਹਾ। ਠੀਕ ਹੈ। ਕਿਆ ਮਤਲਬ ਤੁਸੀਂ ਕਹੋਗੇ ਲੋਕੀ ਬਚਣ ਕਿੱਦਾ ਹੈ ਇਸ ਚੀਜ਼ ਤੋਂ? ਬੌਂਸਰ ਰੱਖਣ ਦਾ ਕੀ ਮਤਲਬ? ਅੱਛਾ ਤੁਸੀਂ ਹੈਰਾਨ ਮੰਨੋਗੇ ਜਿਹੜਾ ਡਾਟਾ ਸਾਨੂੰ ਮਿਲਿਆ ਸੀਗਾ ਉਹ ਡਾਟਾ ਅਸੀਂ ਐਮਐਲਏ ਰਾਜਪੁਰਾ ਨੂੰ ਵੀ ਦਿਖਾਇਆ। ਐਮ ਐਲ ਏ ਸਾਹਿਬ ਵੱਲੋਂ ਸਾਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਵੀ ਦਿਵਾਲੀ ਹੈ ਮਤਲਬ ਦਿਵਾਲੀ ਚ ਬਿਜ਼ੀ ਹੈ ਤੇ ਦਿਵਾਲੀ ਤੋਂ ਬਾਅਦ ਅਸੀਂ ਡੀ ਸੀ ਮੈਡਮ ਨੂੰ ਮਿਲਾਂਗੇ ਜੇ ਡੀ ਸੀ ਮੈਡਮ ਵੱਲੋਂ ਕੁਝ ਨਾ ਕੀਤਾ ਗਿਆ ਫਿਰ ਆਪਾਂ ਮਾਨ ਸਾਹਿਬ ਦੇ ਕੋਲ ਵੀ ਚਲਾਵਾਂਗੇ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਨੇ ਰੈਡਾਂ ਕੀਤੀਆਂ ਸੀਗੀਆਂ ਜਿਹੜਾ ਡਾਟਾ ਕਲੈਕ ਕੀਤਾ ਸੀ ਉਹ ਡਾਟਾ ਸਾਡੇ ਕੋਲ ਹੈਗਾ ਤੇ ਅਸੀਂ ਸਰਕਾਰ ਨੂੰ ਉਹ ਡਾਟਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੀ ਅਮਾਨਤ ਹੈਗੀ ਕਿ ਤੁਹਾਡੇ ਤੋਂ ਜਿਹੜਾ ਇਹ ਡਾਟਾ ਲੁਕਾਇਆ ਗਿਆ ਹੈਗਾ ਹੁਣ ਮੈਨੂੰ ਨਹੀਂ ਪਤਾ ਕਿਉਂ ਲੁਕਾਇਆ ਗਿਆ ਹੈਗਾ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਕੈਨੇਡਾ ਜਾਣ ਵਾਲੇ ਜਿਹੜੇ ਸਟੂਡੈਂਟ ਐ ਵਿਦਿਆਰਤੀ ਐ ਤੇ ਛਾਤਰ ਐ ਉਹਨਾਂ ਲਈ ਬਹੁਤ ਮਤਲਬ ਆਪਾਂ ਕਹਿ ਸਕਦੇ ਹਾਂ ਦੁੱਖ ਭਰੀ ਖਬਰ ਐ ਕਿਉਂਕਿ ਪਹਿਲਾਂ ਹੀ ਬੜਾ ਔਖਾ ਹੋਇਆ ਹੋਇਆ ਸੀਗਾ ਬਾਹਰ ਜਾਣ ਦੇ ਲਈ ਬੱਚੇ ਜਿੱਦ ਕਰਦੇ ਸੀ ਬਾਹਰ ਜਾਣਾ ਪਰ ਮਾਪੇ ਲਈ ਬੜਾ ਟੈਨਸ਼ਨ ਵਾਲਾ ਕੰਮ ਹੋ ਜਾਂਦਾ ਤੇ ਹੁਣ ਕੈਨੇਡਾ ਸਰਕਾਰ ਨੇ ਜਿਹੜੇ ਆਪਣੇ ਪੰਜਾਬੀ ਉੱਥੇ ਹਰਕਤਾਂ ਕਰ ਰਹੇ ਆ ਜਿੱਦਾਂ ਥੋੜੇ ਦਿਨ ਪਹਿਲਾਂ ਵੀ ਉੱਥੇ ਕੁਝ ਜਿਹੜੇ ਨੌਜਵਾਨ ਸੀਗੇ ਪੰਜਾਬੀ ਉਹਨਾਂ ਦੀ ਵਾਂਟਡ ਦੀਆਂ ਜਿਹੜੀਆਂ ਪੋਸਟਾਂ ਆਪਾਂ ਸਾਰੇ ਆਲੇ ਦੇਖੀਆਂ ਐ ਸੋਸ਼ਲ ਮੀਡੀਆ ਤੇ ਕੁਮਦੀ ਹੋਈ ਸ਼ਾਇਦ ਉਸੇ ਦਾ ਜਿਹੜਾ ਅਸਰ ਹੈਗਾ ਉਹ ਦੇਖਣ ਨੂੰ ਮਿਲਿਆ ਹੈਗਾ ਕਿ ਉਹਨਾਂ ਨੇ ਜਿਹੜੇ ਫੰਡ ਸ਼ੋਅ ਕਰਨ ਵਾਲਾ ਹੁੰਦਾ ਇਹਨਾਂ ਦਾ ਤੇ ਉਹਨਾਂ ਉਹਨੂੰ 10000 ਤੋਂ ਵਧਾ ਕੇ 20600 ਕੁਛ ਸਮਥਿੰਗ ਡਾਲਰ ਕਰ ਦਿੱਤਾ ਹੈ ਤੇ ਅਸੀਂ ਰਾਜਪੁਰਾ ਦੇ ਇਮੀਗ੍ਰੇਸ਼ਨ ਸੈਂਟਰ ਮੰਜ਼ਿਲ ਇੰਸਟੀਚਿਊਟ ਜਿਹੜੇ ਨਾਮੀ ਹੈਗੇ ਕਿ ਹਰ ਇੱਕ ਇੰਸਟੀਚਿਊਟ ਦੀ ਸ਼ਿਕਾਇਤ ਆਂਦੀ ਹੈ ਤੇ ਇਹਨਾਂ ਦੀ ਅਜੇ ਤੱਕ ਸਾਨੂੰ ਸ਼ਿਕਾਇਤ ਨਹੀਂ ਆਈ ਤਾਂ ਅਸੀਂ ਸੋਚਿਆ ਕਿ ਵੀ ਇਹਨਾਂ ਨੂੰ ਆ ਕੇ ਪੁੱਛੀਏ ਕਿ ਕਿਆ ਕਾਰਨ ਹੋ ਸਕਦਾ ਹੈ ਕਿ ਕੈਨੇਡਾ ਜਿਹੜਾ ਆਪਣੇ ਪੰਜਾਬੀਆਂ ਲਈ ਇੰਨੇ ਭਾਰੀ-ਭਾਰੀ ਜਿਹੜੇ ਰੂਲਸ ਲੈ ਕੇ ਆ ਰਿਹਾ ਅੱਗੇ ਹੋਰ ਕੈਨੇਡਾ ਜਾਣਾ ਕਿੰਨਾ ਕੋਖਾ ਹੋ ਜਾਏਗਾ ਇਹਨਾਂ ਨੂੰ ਅਸੀਂ ਇਸ ਸੰਬੰਧੀ ਚ ਪੁੱਛਣਾ ਹੈ ਰਜਨ ਜੀ ਸਵਾਗਤ ਹੈ ਕੱਲਾ ਤਾਂ ਤੁਹਾਡਾ ਐਕਸ਼ਨ ਪੰਜਾਬ 'ਚ ਥੈਂਕ ਯੂ so much ਪ੍ਰਦੀਪ ਜੀ ਕੀ ਕਾਰਨ ਬਣਿਆ ਕਿ ਵੀ ਆਪਣਾ ਜਿਹੜੀ ਕੈਨੇਡਾ ਸਰਕਾਰ ਹੈ ਉਹ ਮਤਲਬ ਪੰਜਾਬ ਕਿਉਂਕਿ ਪੰਜਾਬੀ ਹੀ ਕਹਿ ਸਕਦੇ ਕਿ ਕਿਉਂਕਿ ਪੰਜਾਬ ਹੀ ਜਿਆਦਾ ਕੈਨੇਡਾ ਜਾ ਰਿਹਾ ਹੈ ਕਿ ਪੰਜਾਬੀਆਂ ਲਈ ਇੰਨੇ ਸਖਤ ਜਿਹੜੇ ਰੂਲ ਲੱਗੇ ਆ ਰਹੀ ਹੈ ਕੀ ਕਾਰਨ ਕਾਰਨ ਹੈਗਾ ਕਿ ਇੱਥੋਂ ਜਿਹੜਾ ਬੱਚਾ ਕੈਨੇਡਾ ਦੇ ਵਿੱਚ ਜਾ ਰਿਹਾ ਸੀਗਾ ਕੈਨੇਡਾ ਦੇ ਵਿੱਚ ਕੁਝ ਐਸੇ ਕਾਲਜੇਸ ਖੁੱਲੇ ਹੋਏ ਨੇ ਜਿਹੜੇ ਕਾਲਜੇਸ ਇੱਕ ਇੱਕ ਦੋ ਦੋ ਕਮਰਿਆਂ ਦੇ ਵਿੱਚ ਬਣੇ ਹੁੰਦੇ ਨੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਹੀ ਮਤਲਬ ਲਗਾ ਲਓ ਕਿ ਉਹ ਕਾਲਜ ਹੁੰਦੇ ਨੇ ਮਤਲਬ ਵੀਜ਼ਾ ਲੈਣ ਵਾਸਤੇ ਕਿ ਬੱਚਾ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਬੱਚੇ ਨੇ ਕੰਮ ਨਹੀਂ ਕੀਤਾ ਹੁਣ ਜਦੋਂ ਬੱਚਾ ਕੰਮ ਨਹੀਂ ਕਰੇਗਾ ਹੈਨਾ ਕੈਨੇਡਾ ਨੂੰ ਪਤਾ ਲੱਗਦਾ ਫਿਰ ਉਹ ਬੱਚਾ ਲਾਈਨਾਂ ਦੇ ਵਿੱਚ ਖੜਾ ਹੁੰਦਾ ਕਿ ਮੈਨੂੰ ਨੌਕਰੀ ਨਹੀਂ ਮਿਲੀ ਮੈਨੂੰ ਨੌਕਰੀ ਨਹੀਂ ਮਿਲੀ ਹੈਨਾ ਤਾਂ ਦੇਖੋ ਜੀ ਪੜੋਗੇ ਲਿਖੋਗੇ ਨੌਕਰੀ ਮਿਲੇਗੀ ਜੇ ਆਪਾ ਐਸੀ ਕਿਸੇ ਜਗ੍ਹਾ ਤੇ ਜਾ ਕੇ ਪੜਾਂਗੇ ਜਿੱਥੇ ਆਪਾਂ ਨੇ ਪੜਾਈ ਹੀ ਨਹੀਂ ਕੀਤੀ ਕੁਝ ਸਿੱਖਿਆ ਹੀ ਨਹੀਂ ਕੋਈ ਸਕਿੱਲ ਹੀ ਨਹੀਂ ਆ ਸਾਨੂੰ ਨੌਕਰੀ ਕਿੱਥੋਂ ਮਿਲ ਜਾਏਗੀ ਮਿਲੇਗੀ ਨਹੀਂ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜ਼ਮਾਨਾ ਜਿਹੜਾ ਹੈਗਾ ਸਕਿੱਲ ਦਾ ਹੈਗਾ ਕੈਨੇਡਾ ਵੀ ਇਸੇ ਚੀਜ਼ ਤੇ ਫੋਕਸ ਕਰਨਾ ਚਾਹੁੰਦਾ ਕਿ ਬੱਚੇ ਆਣ ਸਿੱਖਣ ਉਹਨਾਂ ਦੇ ਅੰਦਰ ਸਕਿੱਲ ਹੋਵੇ ਔਰ ਸਾਡੇ ਕੋਲ ਉੱਥੇ ਕੰਮ ਕਰਨ ਹੁਣ ਪ੍ਰੋਬਲਮ ਕੀ ਹੈ ਬੱਚਾ ਐਡਮਿਸ਼ਨ ਤਾਂ ਲੈ ਲਿੰਦਾ ਹੈ ਛੋਟੇ ਮੋਟੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਹੈਨਾ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਤਾਂ ਬਹੁਤ ਅੱਛੀਆਂ ਹੁੰਦੀਆਂ ਨੇ एसएससी कॉलेजेस जो मतलब सिर्फ वीजा ਲੈਣ ਵਾਸਤੇ ਖੁੱਲੇ ਹੋਏ ਨੇ ਬੱਚਾ ਪਹੁੰਚਿਆ ਪਰ ਉੱਥੇ ਜਾ ਕੇ ਬੱਚੇ ਨੇ ਪੜ੍ਹਾਈ ਨਹੀਂ ਕੀਤੀ ਹੁਣ ਪੜ੍ਹਾਈ ਨਹੀਂ ਕੀਤੀ ਉਹਨੇ ਕੁਝ ਸਿੱਖਿਆ ਨਹੀਂ ਉਹਨੂੰ ਕੋਈ ਨੌਲੇਜ ਨਹੀਂ ਆਇਆ ਕੋਈ ਗਿਆਨ ਨਹੀਂ ਆਇਆ ਉਹਨੂੰ ਕੰਮ ਕਿੱਥੋਂ ਮਿਲ ਜੇਗਾ ਇਸੇ ਕਰਕੇ ਕੈਨੇਡਾ ਹੁਣ ਆਪਣੇ ਸਟੂਡੈਂਟਸ ਵਾਸਤੇ ਥੋੜਾ ਜਿਹਾ ਸਖਤ ਹੋ ਰਿਹਾ ਹੈਗਾ ਜਿਹੜਾ 10200 ਡਾਲਰ ਸੀਗਾ ਉਹ ਹੁਣ ਵਧ ਕੇ ਵਧ ਕੇ 12635 ਡਾਲਰ ਚਲਾ ਗਿਆ ਤੁਸੀਂ ਲਗਾ ਲਓ ਕੀ ਡਬਲ ਹੋ ਗਿਆ ਪੰਜਾਬੀ ਜੁਗਾੜੀ ਹੁੰਦੇ ਕਹਿੰਦੇ ਕਿ ਵੀ ਤਾਂ ਆਪਾਂ ਇਹ ਵੀ ਕਹਿ ਸਕਦੇ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਕੈਨੇਡਾ ਚ ਦੋ ਦੋ ਕਮਰੇ ਆ ਦੇ ਕੋਲੇਜ ਬਣਾਏ ਹੋਏ ਆ ਇਹ ਵੀ ਜੁਗਾੜ ਪੰਜਾਬੀਆਂ ਨੇ ਜੁਗਾੜ ਲਾਇਆ ਕਿ ਵੀ ਇਸ ਜੁਗਾੜ ਦੇ ਨਾਲ ਅਸੀਂ ਕੈਨੇਡਾ ਜਾਈਏ ਤੁਹਾਨੂੰ ਲੱਗਦਾ ਇਹ ਜੁਗਾੜ ਵੀ ਫੇਲ ਹੋਣ ਵਾਲਾ ਹੈ ਪੰਜਾਬੀਆਂ ਦਾ ਬਿਲਕੁਲ ਜਿਹੜਾ ਇਹ ਸਿਸਟਮ ਹੈਗਾ ਦੇਖੋ ਪੜਾਈ এডਿਕੇਸ਼ਨ ਇੱਕ ਐਸੀ ਚੀਜ਼ ਹੈ ਜੋ ਹਮੇਸ਼ਾ ਕੁਆਲਿਟੀ ਦੇ ਨਾਲ ਅੱਛੇ ਟੀਚਰਸ ਦੇ ਨਾਲ ਅੱਛੇ ਗੁਰੂਆਂ ਦੇ ਨਾਲ ਹੈ ਨਾ ਸੰਭਵ ਹੋ ਸਕਦੀ ਹੈ ਪਰ এডਿਕੇਸ਼ਨ ਦੇ ਵਿੱਚ ਲੋਕਾਂ ਨੇ ਧੰਦਾ ਬਣਾ ਲਿਆ ਹੈ ਨਾ ਔਰ ਉਸ ਧੰਦੇ ਦੇ ਵਿੱਚ এডਿਕੇਸ਼ਨ ਨੂੰ ਵੇਚਣ ਲੱਗ ਗਏ ਹੁਣ ਵੇਚਣ ਤੋਂ ਬਾਅਦ ਬੱਚੇ ਨੂੰ ਕੋਈ ਸਕਿੱਲ ਨਹੀਂ ਹੈ ਬੱਚੇ ਨੂੰ ਕੋਈ ਗਿਆਨ ਨਹੀਂ ਹੈ ਨੋਲਿਜ ਨਹੀਂ ਹੈ ਉਹ ਕੰਮ ਇਹ ਕਿਦਾਂ ਹੋਏਗਾ ਹੋ ਹੀ ਨਹੀਂ ਸਕਦਾ ਜਿੱਦਾਂ ਆਪਾਂ ਸਕੂਲਾਂ 'ਚ ਪੜਦੇ ਸੀਗੇ ਕੁਝ ਜਿਹੜੇ ਸ਼ਰਾਰਤੀ ਸਟੂਡੈਂਟ ਹੁੰਦੇ ਆ ਕਲਾਸ 'ਚ ਉਹ ਕੋਈ ਸ਼ਰਾਰਤ ਕਰਦੇ ਆ ਤਾਂ ਸਾਰਿਆਂ ਨੂੰ ਭੁਗਤਣਾ ਪੈਂਦਾ ਹੁਣ ਜਿੱਦਾਂ ਆਪਾਂ ਸੋਸ਼ਲ ਮੀਡੀਆ 'ਤੇ ਫੋਟੋਆਂ ਦੇਖ ਰਹੇ ਸੀਗੇ ਕਿ ਕੈਨੇਡਾ ਨੇ ਕੁਝ ਪੰਜਾਬੀ ਨੌਜਵਾਨਾਂ ਨੂੰ ਵਾਂਟਡ ਕੀਤਾ ਤੁਹਾਨੂੰ ਲੱਗਦਾ ਕਿ ਜਿਹੜੇ ਸਹੀ ਚ ਜਾਣਾ ਚਾਹੁੰਦੇ ਆ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉੱਥੇ ਜਾਣ ਦੀ ਉਹਨਾਂ ਲਈ ਵੀ ਬੜਾ ਔਖਾ ਹੋ ਜਾਏਗਾ ਕੈਨੇਡਾ ਜਾਣਾ ਬਿਲਕੁਲ ਹੋਏਗਾ ਜੀ ਇਸੇ ਚੱਕਰ ਦੇ ਵਿੱਚ ਜਿਹੜਾ ਬੱਚਾ ਇੰਟੈਲੀਜੈਂਟ ਹੈਗਾ 90% ਮਾਰਕਸ ਲੈਣ ਵਾਲਾ ਬੱਚਾ ਹੈਗਾ ਉਹਨੂੰ ਵੀ ਜ਼ਰੂਰ ਇਸ ਚੀਜ਼ ਦਾ ਫਰਕ ਪਏਗਾ ਉਹ ਇਜ਼ੀ ਇਜ਼ੀ ਨਹੀਂ ਹੈ ਉਹਦੇ ਵਾਸਤੇ ਵੀ ਜਾਣਾ ਸ਼ਰਾਰਤੀਆਂ ਕਰਕੇ ਦੇਖੋ ਪੁਗਤ ਤਾਂ ਤਾਂ ਸਾਰਿਆਂ ਨੂੰ ਕਹਿੰਦਾ ਹੈ ਇਹ ਪਿੱਛੇ ਮੰਨ ਸਰਕਾਰ ਨੇ ਵੀ ਕਿਹਾ ਸੀਗਾ ਕਿ ਵੀ ਜਿਹੜੇ ਇਹ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੇ ਨਕਲੀ ਕਹਿ ਸਕਦੇ ਆ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਉਹਨੂੰ ਅਸੀਂ ਨਕਲੀ ਹੀ ਕਵਾਂਗੇ ਇਹ ਨਹੀਂ ਕਿ ਵੀ ਆਪਾਂ ਕਈ ਲੱਖ ਰੁਪਏ ਲਾ ਕੇ ਜੀ ਇੱਕ ਇਮੀਗ੍ਰੇਸ਼ਨ ਸੈਂਟਰ ਖੋਲਤੇ ਆ ਤਾਂ ਵੀ ਡੀਸੀ ਦਫਤਰ ਤੋਂ ਉਹਨਾਂ ਨੂੰ ਪਰਮਿਸ਼ ਉਹ ਵੀ ਮਿਲਦੀ ਹੈ ਸਰਟੀਫਿਕੇਟ ਮਿਲਦਾ ਹੈ ਤੁਹਾਡੇ ਕੋਲ ਸਰਟੀਫਿਕੇਟ ਹੈਗੇ ਜਾਂ ਤੁਸੀਂ ਵੀ ਆਵੀ ਉਹਨਾਂ ਦੀ ਸੂਚੀੋਂ ਨਹੀਂ ਬਿਲਕੁਲ ਹੈਗੇ ਆ ਹੈਗੇ ਤਾਂ ਅਸੀਂ ਪਿੱਛੇ ਖਬਰ ਵੀ ਲਾਈ ਸੀਗੀ ਕਿ ਵੀ ਅਸੀਂ ਉਹਨਾਂ ਦੇ ਨਾਂ ਵੀ ਦੱਸੇ ਸੀਗੇ ਪਿਛਲੇ ਦਿਨੋਂ ਪੰਜਾਬ ਸਰਕਾਰ ਮਾਨ ਸਰਕਾਰ ਨੇ ਵੀ ਇਹ ਆਰਡਰ ਕੀਤੇ ਸੀਗੇ ਕਿ ਵੀ ਆਪਣਾ ਜਿਹੜੇ ਇਮੀਗ੍ਰੇਸ਼ਨ ਸੈਕਟਰ ਹੈ ਜਿਹੜੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਹਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਡੀਸੀ ਦਫ਼ਤਰ ਆਪਣੇ ਡੀਸੀ ਪਟਿਆਲਾ ਵੱਲੋਂ ਵੀ ਸਖਤ ਆਦੇਸ਼ ਦਿੱਤੇ ਸੀਗੇ ਕਿ ਸਾਰਿਆਂ ਦੀ ਚੈਕਿੰਗ ਕਰੋ ਪਿਛੇ ਚੈਕਿੰਗ ਕੀਤੀ ਵੀ ਐਚ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਵੱਲੋਂ ਲੇਕਿਨ ਕੁਝ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਪਰ ਸਾਡੇ ਕੋਲ ਕੁਝ ਇਹੋ ਜਿਹੇ ਦਸਤਾਵੇਜ਼ ਹੱਥ ਲਗੇ ਆਂ ਕੁਝ ਇਮੀਗ੍ਰੇਸ਼ਨ ਸੈਂਟਰਾਂ ਦੇ ਜਿਨ੍ਹਾਂ ਕੋਲ ਲਾਇਸੈਂਸ ਹੀ ਨਹੀਂ ਹੈਗੇ ਤੇ ਉਹ ਕਈ ਸਾਲਾਂ ਤੋਂ ਜਿਹੜੇ ਆਇਲਸ ਪੀਟੀ ਕਰਾ ਰਹੇ ਆਂ ਕੀ ਤੁਹਾਡੇ ਕੋਲ ਵੀ ਚੈਕਿੰਗ ਕਰਨ ਦੇ ਲਈ ਕੋਈ ਆਇਆ ਸੀਗਾ ਬਿਲਕੁਲ ਆਇਆ ਸੀਗੇ ਕੀ ਕੀ ਚੈੱਕ ਕੀਤਾ ਉਹਨਾਂ ਤੋਂ ਲਾਇਸੈਂਸ ਤੁਹਾਡੇ ਕੋਲ ਕਿਹੜੇ ਕਿਹੜੇ ਲਾਇਸੈਂਸ ਆ ਕੰਸਲਟੈਂਸੀ ਦਾ ਪਲੱਸ ਆਇਲਸ ਪੀਟੀ ਦਾ ਕਿਉਂਕਿ ਡੀਸੀ ਦਫ਼ਤਰ ਵੱਲੋਂ ਅਸੀਂ ਇੱਕ ਲਿਸਟ ਲਈਤੀ ਸੀਗੀ ਜਿਸ 'ਚ ਅਸੀਂ ਆਪ ਦੇਖ ਕੇ ਬੜੇ ਹੈਰਾਨ ਰਹਿ ਗਏ ਕਿ ਵੀ ਜਿਹੜੇ ਨਾਮੀ ਨਾਮੀ ਇਮੀਗ੍ਰੇਸ਼ਨ ਸੈਂਟਰ ਹੈ ਉਹਨਾਂ ਕੋਲ ਆਇਲਸ ਪੀਟੀ ਕਰਾਉਣ ਦਾ ਲਾਇਸੈਂਸ ਹੀ ਨਹੀਂ ਹੈ ਤੇ ਉਹ ਖੁੱਲ ਕੇ ਆਇਲਸ ਪੀਟੀ ਕਰਾ ਰਹੇ ਜਿਦੇ ਸੰਬੰਧ ਵਿੱਚ ਅਸੀਂ ਡੀਸੀ ਦਫ਼ਤਰ ਨੂੰ ਸ਼ਿਕਾਇਤ ਵੀ ਪਾਈ ਸੀਗੀ ਜਿਹੜੀ 17/10 ਨੂੰ ਡੀਸੀ ਮੈਡਮ ਦਾ ਸਾਨੂੰ ਇੱਕ ਲੈਟਰ ਆਇਆ ਸੀ ਉਹਨਾਂ ਨੇ ਇੱਕ ਐਸਐਸਪੀ ਸਾਹਿਬ ਨੂੰ ਲੈਟਰ ਲਿਖਿਆ ਕਿ ਵੀ ਮੈਨੂੰ 10 ਦਿਨ ਦੇ ਅੰਦਰ-ਅੰਦਰ ਸਾਰੀ ਰਿਪੋਰਟ ਦਿੱਤੀ ਜਾਵੇ ਕਿ ਜ਼ਿਲ੍ਹੇ 'ਚ ਕਿਆ-ਕਿਆ ਹੁੰਦਾ ਹੈ ਕਿਹਦਾ ਲਾਇਸੈਂਸ ਨਵੀਕਰਨ ਹੈ ਜਾਂ ਨਹੀਂ ਹੈ ਕਿਹੜਾ ਲਾਇਸੈਂਸ ਲੈ ਕੇ ਉਹੀ ਕੰਮ ਕਰ ਰਿਹਾ ਹੈ ਜਾਂ ਨਹੀਂ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਮਹੀਨੇ ਤੋਂ ਉੱਪਰ ਹੋ ਗਿਆ ਇਸ ਨੂੰ ਤੇ ਮਤਲਬ ਐਸਐਸਪੀ ਸਾਹਿਬ ਨੇ ਡੀਸੀ ਮੈਡਮ ਦੇ ਵੀ ਹਦਾਇਤਾਂ ਨੂੰ ਟਿੱਚ ਮੰਨਿਆ ਤੁਸੀਂ ਕਿਆ ਮੰਨੋਗੇ ਕਿ ਵੀ ਇਹ ਮਤਲਬ ਅੰਦਰ ਖਾਤੇ ਸਭ ਕੁਝ ਚੱਲ ਰਿਹਾ ਹੈ ਸਿਸਟਮ ਦੇਖੋ ਜੀ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਔਰ ਪ੍ਰਸ਼ਾਸਨ ਦਾ ਕੰਮ ਹੈ ਤਾਂ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਨ ਕਰ ਸਕਦੇ ਹੋ ਇਸ ਬਾਰੇ ਵੈਸੇ ਕੁਝ ਲੋਕ ਕੀ ਆਂਦੇ ਹੁਣੇ ਤੁਹਾਡੇ ਕੋਲ ਤੁਹਾਡਾ ਤਾਂ ਬਹੁਤ ਤਗੜਾ ਜਿਹੜਾ ਚੌਧਰੀ ਆਪਣਾ ਕੰਪਿਊਟਰ ਦਾ ਜਿਹੜਾ ਮੇਨ ਐਸ਼ ਕਰਦਾ ਵੀ ਤੁਸੀਂ ਬਹੁਤ ਟਾਈਪ ਕਰਦੇ ਹੋ ਸ਼ਿਕਾਇਤਾਂ ਤਾਂ ਆਂਦੀਆਂ ਰਹਦੀ ਹੋਣੀਆਂ ਲੇਕਿਨ ਬਹੁਤ ਆਂਦੀਆਂ ਨੇ ਆਂਦੀਆਂ ਫਿਰ ਤੁਸੀਂ ਮੰਨਦੇ ਹੋ ਕਿ ਵੀ ਜਿਹੜੀ ਅਸੀਂ ਕੰਪਲੀਟ ਪਾਈ ਸੀ ਡੀਸੀ ਮੈਡਮ ਨੂੰ ਆਰਟੀਆਈ ਪਾਈ ਹੈ ਆਰਟੀਆਈ ਦੇ ਵੀ ਕੋਈ ਜਵਾਬ ਨਹੀਂ ਹੋਇਆ ਕਿ ਵੀ ਮਹੀਨਾ ਹੋ ਗਿਆ ਕੀ ਹੈ ਕੁਝ ਦਾਲ ਦੇ ਵਿੱਚ ਕੁਝ ਕਾਲਾ ਲੱਗਦਾ ਕੋਈ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਨਾ ਹੀ ਮਤਲਬ ਮੈਂ ਕਦੇ ਇਸ ਬਾਰੇ ਕੁਝ ਸੁਣਿਆ ਹਲੇ ਤੱਕ ਮਹੀਨੇ ਚ ਕਿੰਨੀਆਂ ਕਸ਼ਕਿਤਾ ਤੁਹਾਡੇ ਕੋਲ ਟਾਈਪ ਹੋ ਜਾਂਦੀ ਹੈ ਰੋਜ਼ ਹੀ ਆਉਂਦੀਆਂ ਨੇ ਕਿੰਨੀਆਂ ਦਿੱਲੀ ਦੀ ਕਿੰਨੀ ਆ ਜਾਂਦੀ ਹੁੰਦੀ ਹੈ ਦਿੱਲੀ ਦੀ 1 1 2 2 ਹੈਗੀਆਂ ਨੇ ਫਿਰ ਵੀ ਤੁਸੀਂ ਕਹੋਗੇ ਕਿ ਸਭ ਕੁਝ ਸਹੀ ਚੱਲ ਰਿਹਾ ਹੈ ਦੇਖੋ ਇਸ ਬਾਰੇ ਮੈਨੂੰ ਨਹੀਂ ਪਤਾ ਹੈ ਨਾ ਪਰ ਮੈਂ ਇਸ ਚੀਜ਼ ਦੇ ਵਿੱਚ ਨਾ ਖਾਸ ਕਰਕੇ ਸਰਕਾਰਾਂ ਨੂੰ ਛੱਡੋ ਸਭ ਤੋਂ ਪਹਿਲਾਂ ਮੈਂ ਆਮ ਜਨਤਾ ਨੂੰ ਦੋਸ਼ੀ ਮੰਨਾਂਗਾ ਤੁਸੀਂ ਜਦੋਂ ਕਿਸੇ ਕੋਲ ਜਾਂਦੇ ਹੋ ਤੁਸੀਂ ਉਸ ਕੋਲ ਜਾਓ ਜਿਹੜਾ ਆਪਣਾ ਇੱਕ ਪਲੇਸ ਬੜੇ ਪੁਰਾਣੇ ਸਾਲਾਂ ਤੋਂ ਬਣਾ ਕੇ ਜਗਾ ਬਣਾ ਕੇ ਬੈਠਾ ਹੈ ਅਸੀਂ ਕਿੱਥੇ ਜਾਂਦੇ ਹਾਂ ਸੁਣਿਆ ਵੀ ਨਹੀਂ ਹੁੰਦਾ ਬੰਦਾ ਜਾਣ ਨਹੀਂ ਪਛਾਣ ਨਹੀਂ ਉਸ ਬਾਰੇ ਕੁਝ ਪਤਾ ਵੀ ਨਹੀਂ ਕਿੰਨਾ ਹੁੰਦਾ ਨਵੇਂ-ਨਵੇਂ ਹੈ ਨਾ ਪਤਾ ਲੱਗਦਾ ਕਿ ਮਹੀਨੇ ਦੋ ਮਹੀਨੇ 'ਚ ਬੰਦੇ ਨੇ ਕਰੋੜ ਦੋ ਕਰੋੜ ਜੇਬ 'ਚ ਪਾਇਆ ਔਰ ਗਾਇਬ ਹੋ ਗਿਆ ਜਨ ਜਨਤਾ ਵੀ ਤਾਂ ਕਸੂਰਵਾਰ ਹੈ ਨਾ ਜਨਤਾ ਨੂੰ ਤਾਂ ਵੀ ਤਾਂ ਦੇਖਣਾ ਚਾਹੀਦਾ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ ਜੇ ਜੇ ਕੋਈ ਨਾਮੀ ਬੰਦਾ ਇਹੋ ਜਿਹਾ ਹੋਏ ਜਿਹਦੇ ਕੋਲ ਲਾਇਸੈਂਸ ਨਾ ਹੋਵੇ ਤੇ ਉਹ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ ਫਿਰ ਜਨਤਾ ਕਿੱਥੇ ਜਾਏ ਜਿਵੇਂ ਕਿ ਜਿਵੇਂ ਕਿ ਬਹੁਤ ਹੈ ਰਾਜਪੁਰਾ ਹਾਂ ਉਹਨਾਂ ਕੋਲ ਆਇਲਟ ਪੀਟੀ ਕਰਾਉਣ ਦਾ ਲਾਇਸੈਂਸ ਨਹੀਂ ਹੈ ਤੇ ਜਨਤਾ ਫਿਰ ਕਿੱਥੇ ਜਾਏ ਜਦ ਉਹ ਲੋਕੀ ਇਹੋ ਜਿਹੇ ਕੰਮ ਕਰ ਰਹੇ ਹਨ ਤੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਪ੍ਰਸ਼ਾਸਨ ਨੂੰ ਅਸੀਂ ਦੱਸ ਵੀ ਚੁੱਕੇ ਹਾਂ ਕਿ ਇਹ ਬੰਦੇ ਇਹ ਕੰਮ ਕਰ ਰਹੇ ਹਨ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਫਿਰ ਵੀ ਪ੍ਰਸ਼ਾਸਨ ਆਪਣੀ ਅੱਖਾਂ ਬੰਦ ਕਰਕੇ ਬੈਠਾ ਹੈ ਫੇਰ ਤੁਸੀਂ ਕੀ ਕਹੋਗੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ 2 ਤੋਂ 3 5 10 ਰੋਜ਼ ਦੀਆਂ ਸ਼ਿਕਾਇਤਾਂ ਟਾਈਪ ਹੋ ਰਹੀਆਂ ਜਿਨ੍ਹਾਂ ਲੋਕਾਂ ਦੇ ਨਾਲ ਧੋਖਾਧੜੀ ਹੋ ਰਹੀ ਹੈ ਫੇਰ ਵੀ ਪ੍ਰਸ਼ਾਸਨ ਚੁੱਪ ਹੈ ਸ਼ਿਕਾਇਤ ਤਾਂ ਪ੍ਰਸ਼ਾਸਨ ਕੋਲ ਹੀ ਜਾ ਰਹੀ ਹੈ ਨਾ ਸ਼ਿਕਾਇਤ ਤਾਂ ਥਾਣਾ ਹੀ ਜਾ ਰਹੀ ਹੈ ਨਾ ਠੀਕ ਹੈ ਫੇਰ ਵੀ ਪ੍ਰਸ਼ਾਸਨ ਚੁੱਪ ਹੈ ਫੇਰ ਤੁਸੀਂ ਕਿੰਨੂੰ ਕਹੋਗੇ ਲੋਕਾਂ ਨੂੰ ਕਹੋਗੇ ਪ੍ਰਸ਼ਾਸਨ ਨੂੰ ਕਹੋਗੇ ਵੈਸੇ ਤਾਂ ਪ੍ਰਸ਼ਾਸਨ ਦੀ ਗਲਤੀ ਬਣਦੀ ਹੈ ਲੋਕਾਂ ਨੂੰ ਕਿਹੜਾ ਪਤਾ ਕਿ ਬੀਜ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਜਾਂ ਮੈਂ ਆਂਦਾ ਤੁਹਾਡੇ ਕੋਲ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਕੋਲ ਲਾਇਸੈਂਸ ਹੈ ਤੁਸੀਂ ਕਹੋਗੇ ਪਹਿਲਾਂ ਤੂੰ ਲਾਇਸੈਂਸੀ ਦੇਖ ਲੈ ਮਤਲਬ ਹੁਣ ਤਾਂ ਮੈਂ ਕਈ ਇਹ ਜੇ ਇਮੀਗ੍ਰੇਸ਼ਨ ਸੈਕਟਰ ਵੀ ਦੇਖ ਲਏ ਜਿਨ੍ਹਾਂ ਨੇ ਬਾਉਂਸਰ ਵੀ ਰੱਖ ਲਿਆ ਰਾਜਪੁਰੇ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਕਿਆ ਮਤਲਬ ਤੁਸੀਂ ਕਹੋਗੇ ਲੋਕੀ ਬਚਣ ਕਿੱਦਾ ਇਸ ਚੀਜ਼ ਤੋਂ ਬਾਉਂਸਰ ਰੱਖਣ ਦਾ ਕੀ ਮਤਲਬ ਦੇਖੋ ਜੀ ਹੁਣ ਤੁਸੀਂ ਮੇਰੇ ਆਫਿਸ ਆਏ ਹੋ ਮੈਂ ਸਿੱਧਾ ਹੁੰਦਾ ਮੇਰੇ ਆਫਿਸ ਬਿਲਕੁਲ ਚਿੱਟੇ ਦਰਵਾਜ਼ੇ ਨੇ ਮੈਂ ਸਿੱਧਾ ਹੁੰਦਾ ਰਾਇਟ 도ਰਸ ਨੇ ਤੁਸੀਂ ਜਿਵੇਂ ਮਰਜੀ ਜਿਵੇਂ ਮਰਜੀ ਸਿੱਧੇ ਮੇਰੇ ਕੋਲ ਆ ਸਕਦੇ ਹੋ ਹੈਨਾ ਆਪਾਂ ਖੁੱਲ ਕੇ ਆਂਦੇ ਆਂ ਸੀਨਾ ਚੋੜਾ ਕਰਕੇ ਆਪਣੇ ਆਫਿਸ ਦੇ ਵਿੱਚ ਜਾਂਦੇ ਆਂ ਹੈਨਾ बहुत सारे कंसल्टेंट्स ऐसे होंगे ने ऑफिस त आलिशान बना ले है ना बहुत सारा पैसा भी लाता पर किसी डर के कारण वो अपने ऑफिस नहीं आ सकते कारण कारण कमिटमेंट्स की कितनी होंगे ने निकलता की है हों की है दीज आर द मेन रीजन मेन तो देखो जनता ने चुनना है ਜਨਤਾ ਨੇ ਚੁਣਨਾ ਹੈ ਕਿ ਮੈਂ ਕਿਹਦੇ ਕੋਲ ਜਾਵਾਂ ਕਿਹਦੇ ਕੋਲ ਮੇਰਾ ٹرسٹ ਬੈਠਦਾ ਹੈ ਹੈਨਾ ਔਰ ਕਿੱਥੇ ਮੇਰਾ ਕੰਮ ਹੋ ਸਕਦਾ ਹੈ ਕਿਥੋਂ ਕੰਮ ਹੋਣ ਦੇ ਚਾਂਸਸ ਮੇਰੇ ਹਾਈ ਦੇ ਨਾਲ-ਨਾਲ ਮੇਰੀ ਸੇਫਟੀ ਵੀ ਜ਼ਰੂਰੀ ਹੈ ਅਸੀਂ ਬੱਚੇ ਕੈਨੇਡਾ ਪੇਜਦੇ ਆ ਅਸੀਂ ਬੱਚੇ ਯੂਕੇ ਪੇਜਦੇ ਆ ਅਸੀਂ ਬੱਚੇ ਇੰਡੀਆ ਦੇ ਵਿੱਚ ਵੀ ਪੜਾਨੇ ਆ ਮੇਰਾ ਹਮੇਸ਼ਾ ਫੋਕਸ ਸਿਰਫ ਬੱਚੇ ਨੂੰ ਭੇਜਣਾ ਨਹੀਂ ਹੁੰਦਾ ਮੇਰਾ ਫੋਕਸ ਉਹਨਾਂ ਬੱਚੇ ਨੂੰ ਉੱਥੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੌਬਸ ਤੇ ਵੀ ਫੋਕਸ ਕਰਨਾ ਹੁੰਦਾ ਹੈ ਉਹਨਾਂ ਬੱਚਿਆਂ ਨੂੰ ਅਸੀਂ ਕਾਲ ਕਰ ਕਰਕੇ ਪੁੱਛਦੇ ਹਾਂ ਕੀ ਕਰ ਰਹੇ ਹੈ ਹੁਣ ਕੀ ਚੱਲ ਰਿਹਾ ਹੈ ਜੌਬ ਲੱਗੀ ਨਹੀਂ ਲੱਗੀ ਤਾਂ ਦੱਸ ਅਸੀਂ ਕੋਸ਼ਿਸ਼ ਕਰਾਂਗੇ ਤੈਨੂੰ ਕਿਤੇ ਨਾ ਕਿਤੇ ਪਲੇਸ ਕਰਵਾ ਕੇ ਦਈਏ ਤਾਂ ਕਿ ਉੱਥੇ ਤੂੰ ਕਮਾਨ ਵੀ ਲੱਗ ਜਾਏ ਜੋ ਪੈਸਾ ਥੁਲੇ ਖਰਚ ਕਰਕੇ ਗਿਆ ਸੀ ਅੱਛਾ ਤੁਸੀਂ ਹੈਰਾਨ ਮੰਨੋਗੇ ਜਿਹੜਾ ਡਾਟਾ ਸਾਨੂੰ ਮਿਲਿਆ ਸੀਗਾ ਉਹ ਡਾਟਾ ਅਸੀਂ ਐਮ ਐਲ ਏ ਰਾਜਪੁਰਾ ਨੂੰ ਵੀ ਦਿਖਾਇਆ ਐਮ ਐਲ ਏ ਸਾਹਿਬ ਵੱਲੋਂ ਸਾਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਵੀ ਦਿਵਾਲੀ ਹੈ ਮਤਲਬ ਦਿਵਾਲੀ ਚ ਬਿਜ਼ੀ ਹੈ ਤੇ ਦਿਵਾਲੀ ਤੋਂ ਬਾਅਦ ਅਸੀਂ ਡੀ ਸੀ ਮੈਡਮ ਨੂੰ ਮਿਲਾਂਗੇ ਜੇ ਡੀ ਸੀ ਮੈਡਮ ਵੱਲੋਂ ਕੁਝ ਨਾ ਕੀਤਾ ਗਿਆ ਫਿਰ ਆਪਾਂ ਮਾਨ ਸਾਹਿਬ ਦੇ ਕੋਲ ਵੀ ਚਲਾਂਗੇ ਉਹ ਵੀ ਚੁੱਪ ਕਰਕੇ ਬੈਠ ਗਏ ਤਾਂ ਮਤਲਬ ਇਹ ਲੰਬਾ ਚੋੜਾ ਝੋਲਝਾਲ ਜਿਹੜਾ ਚੱਲ ਰਿਹਾ ਹੈ ਰਾਜਪੁਰੇ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਸੈਂਟਰ ਹੈ ਤੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਵੀ ਇਧਰੋਂ ਆਉਂਦੀ ਹੈ ਠੀਕ ਹੈ ਤੇ ਤੁਸੀਂ ਲੋਕਾਂ ਨੂੰ ਕੁਝ ਅਪੀਲ ਕਰਨਾ ਚਾਹੋਗੇ ਕਿ ਉਹ ਕਿੱਦਾਂ ਬਚਣਾ ਇਨ੍ਹਾਂ ਠੱਗਾਂ ਤੋਂ ਦੇਖੋ ਜੀ ਮੇਨ ਕਿਆ ਹੁੰਦਾ ਹੈ असी अपना ख्याल आप रखना होंगे जमीन लैं हो प्लॉट लैन जाते हो दुकान लैन जाते हो सब तो पहला वैरीफाई कर दे कि चीज़ मेरे वास्ते ठीक है या नहीं है कपड़ा लैं जुते लैन चाहते हो बर्तन लैन चाहते हो तो वैरीफाई कर दास्ते चीज़ ठीक है ने कि नहीं अपने वास्ते विह वास्ते भी मुंडा देखना कुड़ी देखनी वेरीफाई कर दौ फैमिली कि है लॉन्ग टर्म वास्ते सा ठीक है या नहीं है ਇਸੀ ਤਰ੍ਹਾਂ ਆਪਣਾ ਵੀਜ਼ਾ ਲਗਵਾਣਾ ਹੈ ਤਾਂ ਵੈਰੀਫਾਈ ਕਰੋ ਨਾ ਕੌਣ ਤੁਹਾਡੇ ਵਾਸਤੇ ਅੱਛਾ ਹੈ ਕੌਣ ਅੱਛਾ ਨਹੀਂ ਹੈ ਮਾਰਕੀਟ ਦੇ ਵਿੱਚ ਰੈਪਿਊਟੇਸ਼ਨ ਕੀ ਹੈ ਉਹਦੀ ਵੈਲਿਊ ਕੀ ਹੈ ਤੁਸੀਂ ਵੈਰੀਫਾਈ ਕਰੋ ਹੈਨਾ ਤਾਂ ਸਭ ਤੋਂ ਪਹਿਲਾਂ ਅਸੀਂ ਆਪ ਕਸੂਰਵਾਰ ਹੁੰਨੇ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਇੱਕ ਅੰਧਾ ਵਿਸ਼ਵਾਸ ਕਰ ਲੈਨੇ ਆ ਲੱਖਾਂ ਲੱਖਾਂ ਰੁਪਿਆ ਕੈਸ਼ ਚੱਕ ਕੇ ਚਲੇ ਜਾਂਦੇ ਆ ਹੈਨਾ ਕਿ ਮੇਰਾ ਕੰਮ ਹੋ ਜਾਏਗਾ ਜਦੋਂ ਕੰਮ ਨਹੀਂ ਹੁੰਦਾ ਪੈਸੇ ਵੀ ਗਾਇਬ ਹੋ ਜਾਂਦੇ ਨੇ ਹੈਨਾ ਪਲੀਜ਼ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਡਾਂਟ ਡੂ ਥੀਸ ਕਾਈਂਡ ਆਫ ਥਿੰਗਸ ਹੈਨਾ ਪੂਰੀ ਤਰ੍ਹਾਂ ਨਾਲ ਗੌਰ ਕਰਿਆ ਕਰੋ ਜ਼ੋਰ ਦਿਆ ਕਰੋ ਪਲੱਸ ਇੱਕ ਇੱਕ ਮੈਂ ਸਲਾਹ ਜ਼ਰੂਰ ਦੇਣਾ ਚਾਹਾਂਗਾ ਜਹਾਂਕਾ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਸਾਰੇ ਮਾਪੇ-ਬਾਪ ਨੂੰ ਆਪਣੇ ਬੱਚਿਆਂ ਨੂੰ ਇੱਕ ਹਨਰ ਦੇਣ ਦੀ ਜ਼ਰੂਰ ਕੋਸ਼ਿਸ਼ ਕਰੋ ਮੈਂ ਨਹੀਂ ਕਹਿੰਦਾ ਹਨਰ ਲੈ ਕੇ ਇੱਥੇ ਕੰਮ ਕਰੋ ਹਨਰ ਲੈ ਕੇ ਤੁਸੀਂ ਕੈਨੇਡਾ ਜਾਓ ਆਸਟ੍ਰੇਲੀਆ ਜਾਓ ਇੰਡੀਆ ਜਾਓ ਕਿੱਥੇ ਵੀ ਜਾਓ ਕਿਉਂਕਿ ਕਹਾਵਤ ਹੈ ਹੁਨਰ ਹੈ ਤਾਂ ਹੌਸਲਾ ਹੈ ਅਸੀਂ ਬਿਨਾ ਹੁਨਰ ਦੇ ਤੁਰ ਪੈਨੇ ਆ ਕੁਝ ਨੌਲੇਜ ਨਹੀਂ ਹੁੰਦੀ ਫਿਰ ਕਾਮਯਾਬੀ ਕਦੇ ਨਹੀਂ ਮਿਲਦੀ ਜਿੱਥੇ ਮਰਜ਼ੀ ਚਲੇ ਜਾਓ ਹੁਨਰ ਹੋਏਗਾ ਤਾਂ ਜੰਗਲ ਦੇ ਵਿੱਚ ਵੀ ਮੰਗਲ ਕਰ ਲੋਗੇ ਤੇ ਜਿਵੇਂ ਸਾਡੇ ਨਾਲ ਰਾਜਨ ਚੋਧਰੀ ਜਿੱਦਾਂ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਸੀਗੀ ਕਿ ਮੈਂ ਇਹਨਾਂ ਨੂੰ ਜਾਣ ਕੇ ਸਵਾਲ ਪੁੱਛਿਆ ਸੀਗਾ ਇਹਨਾਂ ਦਾ ਚੋਧਰੀ ਕੰਪਿਊਟਰ ਦੇ ਨਾਂ ਤੇ ਹੈਗਾ ਕਿਸੇ ਨੇ ਕੋਈ ਵੀ ਸ਼ਿਕਾਇਤ ਵਗੈਰਾ ਟਾਈਪ ਕਰਾਣੀ ਹੁੰਦੀ ਤਾਂ ਇਹਨਾਂ ਕੋਲ ਹੀ ਆਉਂਦੇ ਆ ਤੇ ਇਹਨਾਂ ਦੀ ਅੱਜ ਤੱਕ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਕਿਉਂਕਿ ਅਕਸਰ ਸਾਨੂੰ ਲੋਕਾਂ ਦੇ ਫੋਨ ਆਉਂਦੇ ਕਿ ਉਸ ਇਮੀਗ੍ਰੇਸ਼ਨ ਸੈਂਟਰ ਨੇ ਸਾਡੇ ਨਾਲ ਠੱਗੀ ਕਰ ਲਈ ਹੈ ਉਸ ਇਮੀਗ੍ਰੇਸ਼ਨ ਸੈਂਟਰ ਨੇ ਸਾਡੇ ਨਾਲ ਠੱਗੀ ਕਰ ਲਈ ਹੈ ਤੇ ਤਾਂ ਕਰਕੇ ਅਸੀਂ ਇਹਨਾਂ ਕੋਲ ਆਏ ਕਿ ਵੀ ਕਾਫੀ ਮਹੀਨੇ ਹੋ ਗਏ ਸਾਨੂੰ ਕਿ ਅਸੀਂ ਸਰਕਾਰ ਦਾ ਫਾਇਦਾ ਕਰਨਾ ਚਾ ਰਹੇ ਹਾਂ ਕਿਉਂਕਿ ਜਦ ਐਸਜੀਐਮ ਸਾਹਿਬ ਤੇ ਡੀਐਸਪੀ ਸਾਹਿਬ ਨੇ ਰੈਡਾ ਕੀਤੀ ਸੀਗੀ ਜਾਂ ਜਿਹੜਾ ਡਾਟਾ ਕਲੈਕ ਕੀਤਾ ਸੀ ਉਹ ਡਾਟਾ ਸਾਡੇ ਕੋਲ ਹੈਗਾ ਤੇ ਅਸੀਂ ਸਰਕਾਰ ਨੂੰ ਉਹ ਡਾਟਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੀ ਅਮਾਨਤ ਹੈਗੀ ਕਿ ਤੁਹਾਡੇ ਤੋਂ ਜਿਹੜਾ ਇਹ ਡਾਟਾ ਲੁਕਾਇਆ ਗਿਆ ਹੈਗਾ ਹੁਣ ਮੈਨੂੰ ਨਹੀਂ ਪਤਾ ਕਿਉਂ ਲੁਕਾਇਆ ਗਿਆ ਹੈਗਾ ਉਹ ਡਾਟਾ ਸਾਡੇ ਕੋਲ ਹੈਗਾ ਤੇ ਅਸੀਂ ਤੁਹਾਡੀ ਮਦਦ ਕਰਨਾ ਚਾ ਰਹੇ ਹਾਂ ਤੁਹਾਨੂੰ ਇਹ ਡਾਟਾ ਦੇਣਾ ਚਾ ਰਹੇ ਹਾਂ ਕਿ ਤਾਂਕਿ ਸਰਕਾਰ ਦਾ ਵੀ ਫਾਇਦਾ ਹੋਏ ਜੀਐਸਟੀ ਡਿਪਾਰਟਮੈਂਟ ਦਾ ਵੀ ਫਾਇਦਾ ਹੋਏ ਇਨਕਮ ਟੈਕਸ ਡਿਪਾਰਟਮੈਂਟ ਦਾ ਵੀ ਫਾਇਦਾ ਹੋਏ ਤੇ ਲੋਕਾਂ ਦਾ ਵੀ ਫਾਇਦਾ ਹੋਏ ਕਿ ਇਹ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੁੰਦੇ ਆ ਇਹ ਇਹਨਾਂ ਕੋਲ ਲਾਇਸੈਂਸ ਤਾਂ ਹੈ ਨਹੀਂ ਇਹ ਖੁੱਲ ਕੇ ਕੰਮ ਕਰ ਰਹੇ ਆ ਹੁਣ ਇਹ ਇਹਨਾਂ ਤੋਂ GST ਵਾਲੇ ਆ ਆਪਣਾ ਇਨਕਮ ਟੈਕਸ ਵਾਲੇ ਡਾਟਾ ਮੰਗਣ ਕਿੱਦਾਂ ਠੀਕ ਹੈ ਤੇ ਸਾਡੇ ਕੋਲ ਸਾਰਾ ਡਾਟਾ ਹੈਗਾ ਮੈਂ ਡੀਸੀ ਮੈਡਮ ਨੂੰ ਵੀ ਗੁਜਾਰਿਸ਼ ਕਰਦਾ ਮੈਡਮ ਮੈਂ RTI ਵੀ ਪਾਈ ਸੀ ਤੁਹਾਨੂੰ ਤੇ ਤੁਸੀਂ RTI ਦਾ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਮੈਂ ਸ਼ਿਕਾਇਤ ਵੀ ਕੀਤੀ ਸੀ ਜਿਹਦੇ ਸ਼ਿਕਾਇਤ ਦੇ ਉੱਤੇ ਤੁਸੀਂ ਇੱਕ ਲੈਟਰ SSP ਸਾਹਿਬ ਨੂੰ ਭੇਜੀ ਸੀਗੀ ਤੇ ਐਸਐਸਪੀ ਸਾਹਿਬ ਨੂੰ ਤੁਸੀਂ 14 ਦਿਨ ਦੇ ਅੰਦਰ ਅੰਦਰ ਜਵਾਬ ਲਈ ਕਿਹਾ ਸੀਗਾ ਲੇਕਿਨ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਤੇ ਤੁਸੀਂ ਥੋੜਾ ਜਿਹਾ ਧਿਆਨ ਦਿਓ ਤਾਂ ਕਿ ਅਸੀਂ ਲੋਕਾਂ ਦਾ ਤੁਸੀਂ ਤੇ ਅਸੀਂ ਮਿਲ ਕੇ ਲੋਕਾਂ ਦਾ ਕੁਝ ਫਾਇਦਾ ਕਰ ਸਕੀਏ ਤਾਂ ਕਿ ਜਿਹੜੇ ਲੋਕੀ ਹੁੰਦੇ ਆ ਬੜੀ ਮੁਸ਼ਕਿਲ ਨਾਲ ਪੈਸਾ ਇਕੱਠਾ ਕਰਕੇ ਆਪਣੇ ਬੱਚੇ ਲਈ ਕਰਦੇ ਆ ਕਿਉਂਕਿ ਬੱਚੇ ਅੱਜ ਕੱਲ ਜਿੰਦੀ ਹੋਏ ਹੋਏ ਆ ਬਹੁਤ ਜ਼ਿਆਦਾ ਉਤਾਵਲੇ ਹੋਏ ਹੋਏ ਆ ਜਿੱਦਾਂ ਰਾਜਨ ਜੀ ਨੇ ਕਿਹਾ ਹੈ ਕਿ ਵੀ ਆਪਣਾ ਪਹਿਲਾ ਪਰਖੋ ਉਨਾਂ ਲਈ ਪਰਖਣ ਲਈ ਸਮਾਂ ਹੀ ਨਹੀਂ ਹੁੰਦਾ ਇੰਨੇ ਉਤਾਵਲੇ ਹੋਏ ਹੋਏ ਹੁੰਦੇ ਉਸੇ ਉਤਾਵਲੇਪਨ ਦਾ ਜਿਹੜਾ ਇਹ ਫਾਇਦਾ ਫਾਇਦਾ ਇਮੀਗ੍ਰੇਸ਼ਨ ਸੈਂਟਰ ਜਿਹੜੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਕੁਝ ਨਹੀਂ ਹੈ ਠੀਕ ਹੈ ਉਹ ਚੱਕ ਰਹੇ ਆ ਤੇ ਮੋਟੀ ਠੱਗੀ ਮਾਰਦੇ ਆ ਜਦੋਂ ਉਹਨਾਂ ਦੀ ਸ਼ਿਕਾਇਤ ਕਰਦੇ ਆ ਤਾਂ ਉਹ ਜਗ੍ਹਾ ਹੀ ਨਹੀਂ ਹੁੰਦੀ ਜਿਸ ਜਗ੍ਹਾ ਦਾ ਉਹਨਾਂ ਨੇ ਯਾ ਤਾਂ ਐਡਰੈਸ ਦਿੱਤਾ ਹੁੰਦਾ ਉਹਨਾਂ ਨੇ ਐਡਰੈਸ ਬਦਲੇ ਹੁੰਦੇ ਆ ਜਾਂ ਉਹਨਾਂ ਕੋਲ ਲਾਇਸੈਂਸੀ ਨਹੀਂ ਹੁੰਦਾ ਕਿ ਜਿੱਦੇ ਕਰਕੇ ਸਰਕਾਰ ਉਹਨਾਂ ਤੇ ਕੋਈ ਕਾਰਵਾਈ ਕਰੇ ਤਾਂ ਮੇਰੀ ਤੁਹਾਨੂੰ ਅਪੀਲ ਹੈ ਲੋਕਾਂ ਨੂੰ ਵੀ ਅਪੀਲ ਹੈ ਕਿ ਐ ਅਜਿਹੀ ਹਰਕਤਾਂ ਨਾ ਕਰੋ ਜਿੱਦਾਂ ਕੁਝ ਦਿਨ ਪਹਿਲਾਂ ਜਿਹੜੇ ਕੁਝ ਕੁ ਨੌਜਵਾਨਾਂ ਦੀਆਂ ਫੋਟੋਆਂ ਆਈਆਂ ਸੀਗੀਆਂ ਵਾਂਟਡ ਕਰਕੇ ਤੇ ਇਹ ਜਿਹੇ ਹਰਕਤਾਂ ਨਾ ਕਰੋ ਕਿ ਜਿਹੜਾ ਜ਼ਰੂਰਤਮੰਦ ਹੈ ਜਿਹੜਾ ਇੰਨੇ ਪੈਸੇ ਇਕੱਠੇ ਕਰਕੇ ਫਾਈਲ ਲਾ ਰਿਹਾ ਉਹਦੀ ਫਾਈਲ ਉਹਨਾਂ ਇਸ ਕਰਕੇ ਕਿਉਂਕਿ ਹਰ ਇੱਕ ਨੂੰ ਸ਼ਖ ਦੇ ਦਾਇਰੇ ਚ ਜਿਹੜੀ ਦੂਜੀ ਸਰਕਾਰ ਦੂਜੀ ਕੰਟਰੀ ਹੈ ਜਿਹੜੀ ਉਹ ਦੇਖਣ ਨੂੰ ਮਜਬੂਰ ਹੋ ਜਾਂਦੀ ਹੈ ਇਹ ਜੇ ਕੰਮ ਨਾ ਕਰੋ ਕਿਉਂਕਿ ਜਿਹੜੇ ਵਾਕਈ ਹੀ ਜ਼ਰੂਰਤਮੰਦ ਹੈ ਜਿਨ੍ਹਾਂ ਜਿਨ੍ਹਾਂ ਦਾ ਇੱਥੇ ਸਰਦਾ ਹੀ ਨਹੀਂ ਹੈ ਉਹਨਾਂ ਨੇ ਜਾਣਾ ਹੀ ਬਾਹਰ ਹੈਗਾ ਉਹਨਾਂ ਦਾ ਇੱਥੇ ਨਹੀਂ ਕਾਰੋਬਾਰ ਸੈੱਟ ਹੋ ਰਿਹਾ ਤੇ ਉਹਨਾਂ ਲਈ ਮੁਸ਼ਕਿਲਾਂ ਨਾ ਆਣ ਕੈਮਰਾਮੈਨ ਸੰਜੇ ਗੋਸਵਾਮੀ ਦੇ ਨਾਲ ਪ੍ਰਦੀਪ ਚੋਧਰੀ ਅਕਸ਼ਰ ਪਜਾ ਵੈਬ ਨੂੰ ਚੱਲ ਰਿਹਾ